हेलो बच्चों, अज मैं तुहानू एक होर नवी कहानी सुनाऊंगी जिहदा नां है भुखड़ चूहा। किसे पिंड विच चूहा दा परिवार रहिंदा सी। उहनां दे विच एक चूहा इहो जिहा वी सी जिहनू खाण दा बहुत चा सी। ओह हर वेले बस खांदा ते सौंदा रहिंदा सी। ओह बहुत खांदा सी पर फिर भी ओहनू संतुष्टी नहीं मिलदी सी। ਉਹਦੀ ਇਸ ਆਦਤ ਤੋਂ ਉਹਦੇ ਘਰ ਵਾਲੇ ਵੀ ਬਹੁਤ ਪਰੇਸ਼ਾਨ ਸੀ। ਬੇਟਾ, ਇੰਨਾ ਨਾ ਖਾਇਆ ਕਰ, ਸਿਹਤ ਵਿਗੜ ਜਾਊਗੀ। ਨਾ ਮੰਮੀ, ਇਹੋ ਜਿਹਾ ਕੁਝ ਵੀ ਨਹੀਂ ਹੋਣਾ। ਅਗਲੀ ਸਵੇਰ ਕੁੱਕੂ ਦੇ ਦੋਸਤ ਦਾ ਜਨਮ ਦਿਨ ਸੀ। ਉਹਦਾ ਦੋਸਤ ਉਹਨੂੰ ਜਨਮ ਦਿਨ ਦਾ ਬੁਲਾਵਾ ਦੇਣ ਆਇਆ। ਵੀਰੇ, ਕੱਲ ਮੇਰਾ ਜਨਮ ਦਿਨ ਹੈ, ਤੂੰ ਮੇਰੇ ਘਰ ਪਾਰਟੀ ਤੇ ਜ਼ਰੂਰ ਆਈ। ਹਾਂ, ਮੈਂ ਜ਼ਰੂਰ ਆਊਂਗਾ। ਇਸ ਤੋਂ ਬਾਅਦ ਚਿੰਟੂ ਉਥੋਂ ਦੀ ਚਲਾ ਗਿਆ। ਅਗਲੇ ਦਿਨ ਕੁੱਕੂ ਪਾਰਟੀ ਵਿੱਚ ਗਿਆ। ਉੱਥੇ ਵੀ ਉਹ ਆਪਣੀ ਭੁੱਖ ਤੇ ਕਾਬੂ ਨਹੀਂ ਕਰ ਪਾਇਆ ਤੇ ਮਹਿਮਾਨਾਂ ਦੇ ਆਉਣ ਤੋਂ ਪਹਿਲਾਂ ਹੀ ਪੂਰਾ ਕੇਕ ਖਾ ਗਿਆ। ਇਹ ਵੇਖ ਕੇ ਸਾਰਿਆਂ ਨੂੰ ਕੁੱਕੂ ਤੇ ਬਹੁਤ ਗੁੱਸਾ ਆਇਆ। ਸਾਰੇ ਉਹਨੂੰ ਪਾਰਟੀ ਤੋਂ ਜਾਣ ਲਈ ਕਹਿਣ ਲੱਗੇ। ਤੂੰ ਸਾਡੇ ਲਈ ਕੁਝ ਵੀ ਨਹੀਂ ਛੱਡਿਆ, ਤੂੰ ਇੱਥੋਂ ਦੀ ਤੁਰ ਜਾ, ਤੂੰ ਤਾਂ ਭੁੱਖੜ ਹੈ। ਨਿਰਾਸ਼ ਹੋ ਕੇ ਕੁੱਕੂ ਆਪਣੇ ਘਰ ਵੱਲ ਤੁਰ ਪਿਆ। ਇਸ ਤੋਂ ਬਾਅਦ ਵੀ ਕੁੱਕੂ ਦੇ ਖਾਣ ਦੀ ਆਦਤ ਵਿੱਚ ਕੋਈ ਬਦਲਾਵ ਨਹੀਂ ਆਇਆ। ਅਗਲੀ ਸਵੇਰ ਕੁੱਕੂ ਦਾ ਇੱਕ ਦੋਸਤ ਉਹਨੂੰ ਬੁਲਾਉਣ ਲਈ ਆਇਆ। ਕੁੱਕੂ, ਚੱਲ ਖੇਤਾਂ ਵਿੱਚ ਚੱਲੀਏ, ਕਿਸਾਨਾਂ ਦੀ ਫਸਲ ਬਹੁਤ ਵਧੀਆ ਹੋ ਰਹੀ ਹੈ, ਅੱਜ ਖਾਣ ਨੂੰ ਬਹੁਤ ਕੁਛ ਮਿਲੂਗਾ। ਹਾਂ ਹਾਂ, ਚੱਲ ਚੱਲਦੇ ਹਾਂ, ਬਹੁਤ ਮਜ਼ਾ ਆਊਗਾ। ਕੁੱਕੂ ਤੇ ਪਿੰਟੂ ਆਪਣੇ ਬਾਕੀ ਸਾਰੇ ਦੋਸਤਾਂ ਨਾਲ ਖੇਤਾਂ ਵਿੱਚ ਚਲੇ ਗਏ। ਖੇਤਾਂ ਵਿੱਚ ਜਾ ਕੇ ਉਹ ਫਸਲਾਂ ਤੇ ਟੁੱਟ ਪਏ। ਸਾਰਿਆਂ ਨੇ ਛੇਤੀ ਛੇਤੀ ਖਾਣਾ ਖਾ ਲਿਆ ਪਰ ਭੁੱਖੜ ਚੂਹੇ ਦਾ ਢਿੱਡ ਨਹੀਂ ਭਰਿਆ। ਇਹ ਵੇਖ ਕੇ ਉਹਦਾ ਯਾਰ ਪਿੰਟੂ ਬੋਲਿਆ, ਉਹ ਛੇਤੀ ਕਰਨਾ, ਆਪਾਂ ਜਾਣਾ ਵੀ ਤੈ। ਉਹ ਖੜ ਤਾਂ ਜਾ, ਇੰਨੀ ਵੀ ਕਿ ਜਲਦੀ ਹੈ, ਹਲੇ ਢਿੱਡ ਭਰ ਕੇ ਖਾ ਤਾਂ ਲੈਣ ਦੇ ਤੇ ਲੰਬੀ ਜਿਹੀ ਡਕਾਰ ਲੈਣ ਦੇ, ਫਿਰ ਚੱਲਾਂਗੇ। ਇਹ ਕਹਿ ਕੇ ਕੁੱਕੂ ਫਿਰ ਖਾਣ ਲੱਗਾ। ਇਸ ਤੇ ਪਿੰਟੂ ਫਿਰ ਬੋਲਿਆ, ਉਹ ਯਾਰ ਛੇਤੀ ਕਰਨਾ। ਹਾਂ ਯਾਰ, ਠੀਕ ਹੈ ਨਾ। ਤਾਈ ਸਾਰੇ ਚੂਹੇ ਭੱਜਣ ਲੱਗੇ। ਅਰੇ ਭੱਜੋ, ਬਿੱਲੀ ਆ ਗਈ। ਸਾਰੇ ਚੂਹੇ ਫਟਾਫਟ ਭੱਜਣ ਲੱਗੇ ਪਰ ਉਹ ਭੁੱਖੜ ਚੂਹਾ ਹੌਲੀ ਹੌਲੀ ਚੱਲ ਰਿਹਾ ਸੀ ਕਿਉਂਕਿ ਜ਼ਿਆਦਾ ਖਾਣ ਕਰਕੇ ਉਹ ਭੱਜ ਨਹੀਂ ਪਾ ਰਿਹਾ ਸੀ। ਤਾਂ ਉਹਨੇ ਆਪਣੇ ਦੋਸਤਾਂ ਨੂੰ ਕਿਹਾ, ਉਹ ਮੇਰੇ ਲਈ ਤਾਂ ਖੜੋ। ਇੰਨੇ ਵਿੱਚ ਕੁੱਕੂ ਦਾ ਪੈਰ ਫਸ ਗਿਆ ਤੇ ਉਹ ਫਟਾਫਟ ਆਪਣਾ ਪੈਰ ਕੱਢਣ ਲੱਗਾ। ਬਿੱਲੀ ਵੀ ਹੌਲੀ ਹੌਲੀ ਉਹਦੇ ਕੋਲ ਆ ਰਹੀ ਸੀ। ਅੱਜ ਤੈਨੂੰ ਮੇਰੇ ਤੋਂ ਕੌਣ ਬਚਾਊਗਾ, ਅੱਜ ਤਾਂ ਮੇਰੀ ਦਾਵਤ ਹੋ ਗਈ। ਉਦੋਂ ਹੀ ਕੁੱਕੂ ਦਾ ਪੈਰ ਨਿਕਲ ਗਿਆ ਤੇ ਉਹ ਲੰਗੜਾਂਦੇ ਲੰਗੜਾਂਦੇ ਭੱਜਣ ਲੱਗਾ ਤੇ ਬਿੱਲੀ ਵੀ ਉਹਦੇ ਪਿੱਛੇ ਭੱਜਣ ਲੱਗੀ। ਥੋੜੀ ਦੇਰ ਵਿੱਚ ਕੁੱਕੂ ਦਾ ਘਰ ਆ ਗਿਆ। ਇਹ ਸੋਚ ਕੇ ਕੁੱਕੂ ਹੌਲੀ ਹੌਲੀ ਚੱਲਣ ਲੱਗਾ ਤਾਂ ਹੀ ਬਿੱਲੀ ਭੱਜ ਕੇ ਆ ਗਈ। ਜਿਵੇਂ ਹੀ ਕੁੱਕੂ ਆਪਣੇ ਘਰ ਵਿੱਚ ਵੜਨ ਲੱਗਾ ਉਹ ਦਰਵਾਜ਼ੇ ਵਿੱਚ ਹੀ ਫਸ ਗਿਆ ਕਿਉਂਕਿ ਖਾ ਖਾ ਕੇ ਉਹਦਾ ਢਿੱਡ ਇੰਨਾ ਮੋਟਾ ਹੋ ਗਿਆ ਸੀ ਕਿ ਉਹ ਆਪਣੇ ਘਰ ਵਿੱਚ ਵੀ ਨਹੀਂ ਜਾ ਪਾ ਰਿਹਾ ਸੀ। ਅੰਦਰੋਂ ਸਾਰੇ ਚੂਹੇ ਉਹਨੂੰ ਅੰਦਰ ਖਿੱਚਣ ਲੱਗੇ ਤੇ ਬਾਹਰੋਂ ਬਿੱਲੀ ਉਹਦੀ ਪੂਛ ਫੜ ਕੇ ਉਹਨੂੰ ਬਾਹਰ ਖਿੱਚਣ ਲੱਗੀ। ਇਹ ਵੇਖ ਕੇ ਕੁੱਕੂ ਚਿੱਕਣ ਲੱਗਿਆ ਤੇ ਰੋਣ ਲੱਗਿਆ। ਬਿੱਲੀ ਨੇ ਉਹਦੀ ਪੂਛ ਨਹੀਂ ਛੱਡੀ। ਆਖਿਰ ਚ ਉਹਦੀ ਪੂਛ ਹੀ ਟੁੱਟ ਗਈ ਤੇ ਬਿੱਲੀ ਧੜਾਮ ਕਰਕੇ ਪਿੱਛੇ ਗਿਰ ਗਈ। ਸਾਰੇ ਚੂਹਾਂ ਨੇ ਕਿਸੇ ਤਰ੍ਹਾਂ ਕੁੱਕੂ ਨੂੰ ਅੰਦਰ ਖਿੱਚ ਲਿਆ। ਇਸ ਤੋਂ ਬਾਅਦ ਕੁੱਕੂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤੇ ਉਹਨੇ ਖਾਣ ਦਾ ਲਾਲਚ ਛੱਡ ਦਿੱਤਾ। ਤਾਂ ਬੱਚਿਓ, ਇਸ ਕਹਾਣੀ ਤੋਂ ਆਪਾਂ ਇਹ ਸਿੱਖਿਆ ਕਿ ਕਿਸੇ ਵੀ ਸ਼ੈ ਦੀ ਅਤਿ ਨੁਕਸਾਨ ਹੀ ਕਰਾਂਦੀ ਏ। ਜੇ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੋਵੇ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ ਤੇ ਸਭ ਤੋਂ ਪਹਿਲਾਂ ਸਾਡੇ ਵੀਡੀਓਜ਼ ਦੇਖਣ ਲਈ ਚੈਨਲ ਸਬਸਕ੍ਰਾਈਬ ਕਰੋ ਤੇ ਬੈੱਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ।